ਜਦੋਂ ਬੈਤੁਲ ਮੁਕੱਦਸ ਹੋਇਆ ਫਤਿਹ, ਇੱਕ ਹਫ਼ਤਾ ਲੱਗਿਆ ਉਹਦੀ ਸਫਾਈ ਤੇ। ਸਲਾਹਉਦੀਨ ਅਯੂਬੀ, ਨੂਰਉਦੀਨ ਜ਼ੰਗੀ ਪਹਿਲੇ ਹਿਮਸ ਵਿੱਚ ਮਿੰਬਰ ਬਣਵਾ ਗਿਆ ਸੀ। ਉਹਨੇ ਕਿਹਾ ਮੈਂ ਦੁਨੀਆ ਤੋਂ ਚਲਾ ਜਾਵਾਂ ਨਾ, ਇਹ ਮਿੰਬਰ ਜਦੋਂ ਬੈਤੁਲ ਮੁਕੱਦਸ ਫਤਿਹ ਹੋਵੇ ਤੇ ਪਹਿਲਾ ਜੁਮਾ ਇਹ ਰੱਖ ਕੇ ਖੁਤਬਾ ਪੜ੍ਹਨਾ ਹੈ। ਮਿੰਬਰ ਲਿਆਏ, ਪਤਾ ਨਹੀਂ ਕਿਤਨੇ ਸਾਲ ਲੱਗੇ ਉਹ ਮਿੰਬਰ ਬਣਾਉਣ ਉੱਤੇ, ਮਿੰਬਰ ਵਿਛ ਗਿਆ। ਮੁਹਯਿਦਦੀਨ ਬਿਨ ਜ਼ਕੀ ਨੂੰ ਸਲਾਹਉਦੀਨ ਅਯੂਬੀ ਹੁਕਮ ਦਿੱਤਾ ਕਿ ਅੱਜ ਖੁਤਬਾ ਤੁਸੀਂ ਦੇਣਾ ਹੈ। ਔਰ ਉਸ ਤੋਂ ਪਹਿਲੇ ਜਦੋਂ ਅਜ਼ਾਨਾਂ ਹੋਈਆਂ ਤਾਂ ਫਿਰ ਕੀ ਹੋਇਆ, ਸਲਾਹਉਦੀਨ ਅਯੂਬੀ ਆਪਣੀ ਪੂਰੀ ਸਲਤਨਤ ਚੋਂ ਵੱਡੇ ਵੱਡੇ ਕਾਰੀ ਮੰਗਾਏ। ਉਹਨਾਂ ਕਿਹਾ ਭਾਈ ਸਾਰੇ ਬੈਤੁਲ ਮੁਕੱਦਸ ਤੇ ਕੋਨੇ ਖੜੇ ਹੋ ਕੇ ਅੱਲਾਹ ਉੱਪਰ ਅਜ਼ਾਨਾ ਦਿਓ। ਤੇ ਸਲਾਹਉਦੀਨ ਵੀ ਬੈਠਿਆ, ਪੂਰੀ ਫੌਜ ਵੀ ਬੈਠੀ, ਜਰਨੈਲ ਵੀ ਬੈਠੇ, ਪੂਰੀ ਬਿਊਰੋਕਰੇਸੀ ਵੀ ਬੈਠੀ। ਉਹ ਜਦੋਂ ਅਜ਼ਾਨਾ ਹੋਈਆਂ ਤਾਂ ਮੌਲਾਨਾ ਮੰਜ਼ਰ ਕੀ ਸੀ ਉੱਥੇ, ਮੰਜ਼ਰ ਸੁਣੋ ਜ਼ਰਾ ਕੀ। ਸਲਾਹਉਦੀਨ ਅਯੂਬੀ ਕਿਹਾ ਅਜ਼ਾਨਾ ਪੜੋ ਭਾਈ ਸਾਰੇ ਕਾਰੀ, ਸਾਰੇ ਬਹਿ ਗਏ ਪਹਿਲੀਆਂ ਸਫ਼ਾ ਚ ਆ ਕੇ। ਸਲਾਹਉਦੀਨ ਅਯੂਬੀ ਪਹਿਲੀ ਵਾਰੀ ਨਵਾਂ ਸੂਟ ਪਾਇਆ, ਪਹਿਲੇ ਤਾਂ ਨਹੀਂ ਸੀ ਪਾਉਂਦਾ। ਉਹਨੇ ਕਿਹਾ ਅੱਜ ਮੈਂ ਸਿਰਫ ਇਸਲਾਮ ਦੀ ਖੁਸ਼ਨੂਦੀ ਵਾਸਤੇ ਪਾ ਰਿਹਾ, ਸਿਰਫ ਕਹਿੰਦਾ ਮੈਨੂੰ ਸੂਟਾਂ ਦੀ ਲੋੜ ਨਹੀਂ ਨਵਿਆਂ ਦੀ, ਲੇਕਿਨ ਅੱਜ ਮੈਂ ਨਵਾਂ ਪਾ ਰਿਹਾ ਦੁਨੀਆ ਨੂੰ ਦੱਸਣ ਵਾਸਤੇ ਕਿ ਇਸਲਾਮ ਆਪਣੀ ਪਾਵਰ ਰੱਖਦਾ। ਸਲਾਹਉਦੀਨ ਅਯੂਬੀ ਵੀ ਨਵਾਂ ਜੁਬਾ ਪਾਇਆ। ਉਹ ਕਿਹੋ ਜਿਹਾ ਮੰਜ਼ਰ ਹੋਣਾ ਮੌਲਾਨਾ, ਅੱਜ ਫਿਰ ਸਲਾਹਉਦੀਨ ਅਯੂਬੀ ਕਾ ਮੁੰਤਜ਼ਰ ਹੈ ਬੈਤੁਲ ਮੁਕੱਦਸ। ਸਦੀਆਂ ਬਾਅਦ ਵੀ ਸਲਾਹਉਦੀਨ ਅਯੂਬੀ ਕਾ ਮੁੰਤਜ਼ਰ ਹੈ ਕਿ ਉਹ ਜੁਬਾ ਪਹਿਨ ਕਰ ਕਬ ਆਏਗਾ ਨਿਆ, ਔਰ ਕਬ ਫਤਿਹ ਹੋਗਾ ਬੈਤੁਲ ਮੁਕੱਦਸ। ਜਦੋਂ ਬੈਠ ਅਜ਼ਾਨਾਂ ਹੋਈਆਂ ਤਾਂ ਕਾਦਤਿਲ ਕੁਲੂਬ ਤਤੀਰੋ ਮਿਨਲ ਫਰਹ, ਹਾਫਿਜ਼ ਇਬਨ ਕਸੀਰ ਨੇ ਲਿਖਿਆ, ਜਦੋਂ ਅਜ਼ਾਨਾਂ ਹੋਈਆਂ ਨਾ ਤੇ ਲੱਖਾਂ ਦਾ ਮਜਮਾ ਸੀ, ਜਦੋਂ ਕਾਰੀਆਂ ਨੇ ਕਿਹਾ ਅੱਲਾਹੁ ਅਕਬਰ ਅੱਲਾਹੁ ਅਕਬਰ, ਤੇ ਕਰੀਬ ਸੀ ਕਿ ਲੱਖਾਂ ਦੇ ਮਜਮੇ ਦੀਆਂ ਰੂਹਾਂ ਵੀ ਨਿਕਲ ਕੇ ਪਰਵਾਜ਼ ਕਰ ਜਾਂਦੇ। ਐ ਖੁਸ਼ੀ ਸੀ। ਤੇ ਮੁਹਯਿਦਦੀਨ ਬਿਨ ਜ਼ਕੀ ਜਿਹੜਾ ਖੁਤਬਾ ਪੜਿਆ ਉਹ ਸੁਣੋ ਜ਼ਰਾ। ਅੱਜ ਅੱਲਾਹ ਨੇ ਆਪਣੀ ਖੁਫੀਆ ਤਦਬੀਰੋਂ ਕੇ ਜ਼ਰੀਏ ਮੁਸਤਦਰਜਿਲ ਕਾਫਰੀਨ ਬਿਮਕਰੀ, ਫਰਮਾਇਆ ਆਜ ਕਾਫਰੋਂ ਕੇ ਜਿਤਨੇ ਵੀ ਮਕਰੋ ਫਰੇਬ ਥੇ ਅੱਲਾਹ ਨੇ ਆਪਣੀ ਖੁਫੀਆ ਤਦਬੀਰੋਂ ਕੇ ਜ਼ਰੀਏ ਉਨਕੋ ਨਾਕਾਮ ਬਣਾਕਰ ਮੁਸਲਮਾਨੋਂ ਕੇ ਹਾਥ ਮੇਂ ਬੈਤੁਲ ਮੁਕੱਦਸ ਦੇ ਦਿਆ। ਆਜ ਮੈਂ ਵੀ ਨੂਰ ਸਲਾਹਉਦੀਨ ਵੀ ਪੂਰੀ ਫੌਜ ਵੀ ਅੱਲਾਹ ਕੀ ਤਾਰੀਫ ਕਰਤੀ ਹੈ। ਯਾ ਅੱਲਾਹ ਤੂਨੇ ਹਮਾਰੀ ਮਦਦ ਕੀ ਔਰ ਮਦਦ ਕਾ ਇਜ਼ਹਾਰ ਵੀ ਕੀਆ, ਤੂਨੇ ਆਜ ਆਪਣੇ ਬੰਦੋ ਕੀ ਮਦਦ ਕੀ ਔਰ ਆਜ ਬੈਤੁਲ ਮੁਕੱਦਸ ਕੋ ਤੂਨੇ ਸ਼ਿਰਕ ਕੇ ਗੰਦਗੀ ਸੇ ਆਜ ਤੂਨੇ ਹਮੇ ਪਾਕ ਕਰਨੇ ਕਾ ਜੋ ਹੈ ਵੋ ਤਾਕਤ ਅਤਾ ਫਰਮਾ। ਫਰਮਾਇਆ ਅੱਲਾਹ ਕੀ ਹਮਦ ਵਹੀ ਬਿਆਨ ਕਰ ਸਕਤਾ ਹੈ, ਅੱਲਾਹ ਕੀ ਸ਼ਾਨੇ ਜ਼ਾਹਿਰੀ ਤੌਰ ਵੀ ਜਾਣਤਾ ਹੋ ਔਰ ਦਿਲ ਸੇ ਵੀ ਅੱਲਾਹ ਕੋ ਮਾਨ। ਫਰਮਾਇਆ ਮੈਂ ਗਵਾਹੀ ਦੇਤਾ ਹੂੰ, ਕਰਦਿਆਂ ਫਰਮਾਇਆ ਮੈਂ ਗਵਾਹੀ ਦੇਤਾ ਹੂੰ ਕਿ ਹਜ਼ੂਰ ਅੱਲਾਹ ਕੇ ਰਸੂਲ ਹੈ ਔਰ ਉਸਕੇ ਬੰਦੇ ਹੈ, ਜਿਨ੍ਹਾਂ ਸ਼ੱਕ ਕੋ ਆਪਣੀ ਉਮਤ ਕੇ ਦਿਲੋਂ ਸੇ ਕਿਆਮਤ ਤੱਕ ਖਤਮ ਕਰ ਦਿਆ। ਦਾਖਿਦ ਸ਼ਿਰਕੇ ਹਜ਼ੂਰ ਆ ਗਏ, ਹਜ਼ੂਰ ਨੇ ਸ਼ਿਰਕ ਕੋ ਪੀਸ ਕੇ ਰੱਖ ਦਿਆ, ਹਜ਼ੂਰ ਕੀ ਸ਼ਾਨ ਬਿਆਨ ਕੀ। ਰਾਫਿਦ ਉਲਫਕੇ ਔਰ ਹਜ਼ੂਰ ਨੇ ਤਮਾਮ ਝੂਠੋਂ ਕੋ ਖਤਮ ਕਰ ਦਿਆ। ਫਰਮਾਇਆ ਵੋ ਹਮਾਰਾ ਰੱਬ ਹੈ ਜਿਸਨੇ ਆਪਣੇ ਹਬੀਬ ਕੋ ਬੈਤੁਲ ਹਰਾਮ ਸੇ ਲੇਕਰ ਬੈਤੁਲ ਮੁਕੱਦਸ ਤੱਕ ਮਿਹਰਾਜ ਵਾਲੀ ਰਾਤ ਸੈਰ ਕਰਾਈ, ਫਿਰ ਹਜ਼ੂਰ ਯਹਾਂ ਸੇ ਫਿਰ ਲਾ ਮਕਾਨ ਤੱਕ ਗਏ। ਇਹ ਸਾਰਾ ਹਜ਼ੂਰ ਕੀ ਸ਼ਾਨ ਬਿਆਨ ਕੀ, ਮਿਹਰਾਜ ਬਿਆਨ ਕੀ। ਮੁਹਯਿਦਦੀਨ ਬਿਨ ਜ਼ਕੀ ਸ਼ੇਖ ਉਲ ਇਸਲਾਮ ਵਲ ਮੁਸਲਿਮੀਨ, ਉਸ ਵਕਤ ਜੋ ਥੇ ਪੂਰੀ ਉਮਤ ਕੇ ਮੁਸਲਮਾਨੋ ਕੇ ਔਰ ਇਸਲਾਮ ਕੇ ਜੋ ਬੜੇ ਥੇ, ਆਖਿਰ ਮੇਂ ਆਪਣਾ ਹਜ਼ੂਰ ਕਾ ਗੁਲਾਮ ਹੋਣਾ ਵੀ ਬਿਆਨ ਕੀਆ ਕਿ ਮੈਂ ਦੋਗਲੇ ਮੋਗਲਾ ਨਹੀਂ ਥਾ ਸਲਾਹਉਦੀਨ ਅਯੂਬੀ, ਇਹ ਵੀ ਠੀਕ ਉਹ ਵੀ ਠੀਕ। ਫਿਰ ਅਮੀਰ ਉਲ ਮੋਮਿਨੀਨ ਅਬੂ ਬਕਰ ਸਿੱਦੀਕ ਜਿਹੜੇ ਸਭ ਤੋਂ ਪਹਿਲੇ ਈਮਾਨ ਲਿਆਏ, ਫਿਰ ਉਮਰ ਬਿਨ ਖੱਤਾਬ ਜਿਨ੍ਹਾਂ ਨੇ ਸਭ ਸੇ ਪਹਿਲੇ ਯਹਾਂ ਸੇ ਸਲੀਬ ਕੋ ਨਿਕਾਲਾ। ਬੈਤੁਲ ਮੁਕੱਦਸ ਸਿੱਦੀਕ ਹਜ਼ਰਤ ਉਮਰ ਕੇ ਜ਼ਮਾਨੇ ਮੇਂ ਫਤਿਹ ਹੁਆ ਨਾ, ਜਿਨ੍ਹਾਂ ਨੇ ਸਲੀਬੀਓਂ ਕਾ ਨਿਸ਼ਾਨ ਔਰ ਉਨਕੀ ਜੜ ਪਹਿਲੇ ਯਹਾਂ ਸੇ ਕਾਟਨੇ ਵਾਲੇ ਉਹ ਫਾਰੂਕ ਆਜ਼ਮ ਥੇ। ਫਰਮਾ ਅਮੀਰ ਉਲ ਮੋਮਿਨੀਨ ਅਲੀ ਇਬਨ ਅਬੀ ਤਾਲਿਬ ਪਰ ਵੀ ਹਜ਼ੂਰ ਕੀ ਤਵੱਸਲ ਸੇ ਉਨ ਪਰ ਅੱਲਾਹ ਕੀ ਰਹਿਮਤ ਨਾਜ਼ਿਲ ਹੋ, ਅਬੂ ਬਕਰ ਪਰ ਵੀ, ਉਮਰ ਪਰ ਵੀ, ਉਸਮਾਨ ਪਰ ਵੀ, ਅਲੀ ਪਰ ਵੀ। ਕੌਣ ਅਲੀ? ਜਿਨ੍ਹਾਂ ਪੂਰੀ ਦੁਨੀਆ ਸ਼ਿਰਕ ਨੂੰ ਹਿਲਾ ਕੇ ਰੱਖ ਦਿੱਤਾ ਔਰ ਜਿਨ੍ਹਾਂ ਬੁੱਤ ਰੇਜ਼ਾ ਰੇਜ਼ਾ ਕਰ ਦਿੱਤੇ। ਲਓ ਜੀ, ਆਪਕੀ ਦਿਲੋਂ ਕੋ ਰੂਹ ਕੋ ਤਾਜ਼ਾ ਕਰਨੇ ਕੇ ਲੀਏ ਔਰ ਆਪਣੇ ਆਪਕੀ ਰੂਹ ਕੋ ਆਪਣੇ ਈਮਾਨ ਕੋ ਤਾਜ਼ਾ ਕਰਨੇ ਕੇ ਲੀਏ ਇਹ ਖੁਤਬਾ ਸਾਰਾ ਮੈਨੇ ਆਪਕੇ ਸਾਹਮਣੇ ਪੜ੍ਹ ਦਿਆ। ਹਜ਼ਰਤ ਸਾਈਂ ਤਵੱਕਲ ਸ਼ਾਮ ਬਾਲਵੀ ਸਨ ਨਾ, ਉਮੀ ਵਲੀ ਸਨ, ਤਾਲਬ ਇਲਮਾਂ ਹਿਫਜ਼ ਦਾ ਮਦਰਸਾ। ਆਪ ਜਦੋਂ ਤਾਲਬ ਇਲਮ ਹਿਫਜ਼ ਕਰਦੇ ਸਨ ਤੇ ਆਪ ਮੁਸੱਲਾ ਉਹਨਾਂ ਦੇ ਕਰੀਬ ਜਾ ਵਿਛਾਉਂਦੇ ਸਨ। ਆਪ ਜਦੋਂ ਪੜ੍ਹਾਉਂਦੇ ਸਨ ਤੇ ਤਾਲਬ ਇਲਮ ਜਦੋਂ ਯਾਦ ਕਰਦੇ ਸਨ ਨਾ, ਸਾਈਂ ਸਾਹਿਬ ਫਰਮਾਉਂਦੇ ਸਨ ਵਾਹ ਭਾਈ ਵਾਹ ਹਾਫਜ਼ਾ, ਤੂੰ ਕੁਰਾਨ ਪੜ੍ਹਿਆ ਹੈ ਤੇ ਨੂਰ ਛੱਲਾ ਮਾਰ ਰਿਹਾ, ਨੂਰ ਛੱਲਾ ਮਾਰ ਰਿਹਾ। ਤੇ ਗੱਲ ਤੇ ਆਪਣੀ ਆਪਣੀ ਨਾ ਜਨਾਬ, ਕੁਰਾਨ ਪੜ੍ਹ ਕੇ ਵੀ ਜਿਹਨੂੰ ਨੂਰ ਨਾ ਨਜ਼ਰ ਆਵੇ, ਹਦੀਸ ਪੜ੍ਹ ਕੇ ਵੀ ਜਿਹਨੂੰ ਹਜ਼ੂਰ ਦੀ ਸੀਰਤ ਤੇ ਸੂਰਤ ਪੜ੍ਹ ਕੇ ਵੀ ਚੱਜ ਨਾ ਹੋਵੇ, ਉਹ ਤਾਂ ਫਿਰ ਜ਼ਰਾ ਇਸ਼ਕੇ ਨਬੀ ਅਜ਼ ਹੱਕ ਤਲਬ, ਸੋਜ਼ੇ ਸਿੱਦੀਕੋ ਅਲੀ ਅਜ਼ ਹੱਕ ਤਲਬ, ਫਿਰ ਸਾਡੇ ਕਾਟੇ ਕੋਈ ਨਾ ਲੱਗੇ। ਮੌਲਾਨਾ ਕੈਸੀ ਬਾਤੇਂ ਕਰਦੇ ਹੈ, ਇਕਬਾਲ ਕਹਿੰਦਾ ਜੇ ਇਸ਼ਕੇ ਰਸੂਲ ਕੋਈ ਨਹੀਂ ਹੈ ਨਾ ਤੇ ਬਹਿ ਕੇ ਤੇ ਲਿਬਰਲਿਜ਼ਮ ਦੀਆਂ ਗੱਲਾਂ ਨਾ ਕੀਤਾ ਕਰ ਤੇ ਗੱਲ ਬਕ ਬਕ ਇਸਲਾਮ ਦੇ ਖਿਲਾਫ ਨਾ ਕੀਤਾ ਕਰ। ਚੱਲਿਆ ਜ਼ਰਾ ਇਸ਼ਕੇ ਨਬੀ ਅਜ਼ ਹੱਕ ਤਲਬ, ਜੇ ਇਸ਼ਕੇ ਰਸੂਲ ਕੋਈ ਨਹੀਂ ਆ ਤਾਂ ਫਿਰ ਰੱਬ ਕੋਲੋਂ ਮੰਗ, ਯਾ ਅੱਲਾ ਤੂੰ ਸਾਹਾਬਾ ਨੂੰ ਐਡਾ ਵੱਡਾ ਇਸ਼ਕ ਦਿੱਤਾ, ਸਾਨੂੰ ਵੀ ਕੋਈ ਜ਼ਰਾ ਦੇ ਦੇ। ਕਿਉਂ ਜੀ? ਲੇਕਿਨ ਸੋਜ਼ ਉਹਨਾਂ ਦਾ ਨਾ ਮੰਗੀ ਜਿਹਨਾਂ ਯੂਰਪ ਕੋਲ ਮੁਤਾਸਰ ਹੋਏ, ਉਹਨਾਂ ਦਾ ਸੋਜ਼ ਨਾ ਮੰਗੀ, ਜ਼ਰਾ ਮੰਗ ਕੇ ਸੋਜ਼ੇ ਸਿੱਦੀਕੋ ਅਲੀ ਅਜ਼ ਹੱਕ ਤਲਬ, ਮੰਗੀ ਜ਼ਰਾ ਇਸ਼ਕੇ ਰਸੂਲ ਦਾ, ਲੇਕਿਨ ਕਵੀ ਯਾ ਅੱਲਾ ਸੋਜ਼ ਸਿੱਦੀਕ ਤੇ ਅਲੀ ਵਾਲਾ ਦੇਵੇ। ਬਸ ਸੋਜ਼ ਉਹੀ ਮੰਗੋ, ਅਸੀਂ ਜ਼ਰਾ ਵੀ ਨਹੀਂ ਪਹੁੰਚਾ ਸਕਦੇ। ਕਿਉਂ ਜਨਾਬ? ਲੇਕਿਨ ਮੰਗਣਾ ਜ਼ਰੂਰ ਹੈ।
बाखुदा दर पर्दा गोयम बात गोयम माशकाल। या रसूल अल्लाह पिनहा तू पैदा है मन, इकबाल कहता या रसूल अल्लाह अल्लाह से तो पर्दे में बात करता हूँ, आपसे आमने सामने बात करता हूँ। मुसलमा आ फकीरे, रात में रात का शेर पढ़ रहा इकबाल रोंदे, इकबाल कहता मुसलमा आ फकीरे कज कुला है रमीदा सीना है सोजे आहे दिलश नालत चरा नालत नदानत निगाहे या रसूल अल्लाह निगाहे या।